ਜਾਣਕਾਰੀ ਲਈ ਕਾਲ ਨਿਮਾ ਸੋਤਾ 209-277-0113 ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਦ ਟਵਿਸਟ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦਾ ਵੈਜ ਨੋਨ ਵੈਜ ਇੰਡੀਅਨ ਸਟਾਈਲ ਪੀਜ਼ਾ ਔਡਰ ਕਰ ਸਕਦੇ ਹੋ। ਪੀਜ਼ਾ ਔਡਰ ਕਰਨ ਦੇ ਲਈ ਲੋਕੇਸ਼ਨ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com। 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਇਸਤੇਮਾਲ ਕਰੋ। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਈਸੈਂਸ ਵਧੀਆ ਸਿਖਲਾਈ ਦੇ ਕੇ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 5098-374-4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-700-9698 ਦੇ ਉੱਤੇ। ਮਿੰਟੋ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਅਤੇ ਕਹਿ ਲਓ ਵੀ ਜਿਹੜੀ ਅੱਜ ਦੀ ਮੇਨ ਪ੍ਰਮੁੱਖ ਖਬਰ ਜਿਹੜੀ ਬਣੀ ਪਈ ਆ ਵੀ ਭਾਰਤ ਦਾ ਦਾਅਵਾ ਵੀ ਉਹਨਾਂ ਨੇ ਏਅਰ ਸਟ੍ਰਾਈਕ ਜਿਹੜੀ ਆ ਪਾਕਿਸਤਾਨ ਦੇ ਵਿੱਚ ਜੈਸ਼ ਏ ਮੁਹੰਮਦ ਦੇ ਟਿਕਾਣਿਆਂ ਦੇ ਉੱਤੇ ਕੀਤੀ ਆ। ਕਿਸੇ ਪਾਸੇ ਚਿੰਤਾ ਦਾ ਜਿਹੜਾ ਮਾਹੌਲ ਬਣਿਆ ਅਤੇ ਕਿਤੇ ਜਿਹੜੇ ਆ ਦੇਸ਼ ਭਗਤ ਖੁਸ਼ ਨੇ। ਬਿਲਕੁਲ, ਦੋਨਾਂ ਕਿਸਮਾਂ ਦਾ ਹੀ ਮਾਹੌਲ ਆ। ਇੱਕ ਤਰਫ ਉਹ ਮਾਹੌਲ ਆ ਜੋ ਡੰਕੇ ਦੀ ਚੋਟ ਤੇ ਭਾਰਤ ਮਾਤਾ ਕੀ ਜੈ ਜਾਂ ਇਸ ਤਰ੍ਹਾਂ ਦੇ ਹਿੰਦੁਸਤਾਨ ਜ਼ਿੰਦਾਬਾਦ ਦੇ ਨਾਅਰੇ ਲਾ ਰਿਹਾ, ਤਾਂ ਇੱਕ ਪਾਸੇ ਉਹ ਮਾਹੌਲ ਆ ਜਿਹਦੇ ਵਿੱਚ ਡਰ ਆ, ਜਿਹਦੇ ਵਿੱਚ ਭੈ, ਔਰ ਖਾਸ ਤੌਰ ਤੇ ਜਿਹੜੇ ਬਾਰਡਰ ਤੇ ਵਸਦੇ ਲੋਕ ਆ, ਜਿੱਦਾਂ ਆਪਣੇ ਪੰਜਾਬ ਦੇ ਵਿੱਚ ਤਕਰੀਬਨ 540 ਕਿਲੋਮੀਟਰ ਤੱਕ ਬਾਰਡਰ ਏਰੀਆ, ਉਹਦੇ ਵਿੱਚ ਜਿਸ ਤਰੀਕੇ ਦਾ ਹੈ ਮਾਹੌਲ, ਉਹ ਬਹੁਤ ਬਹੁਤ ਜ਼ਿਆਦਾ ਕਹਿ ਲਈਏ ਕਿ ਭੈਭੀਤ ਆ। ਤਾਂ ਦੂਸਰੇ ਪਾਸੇ ਹੋਰ ਵੀ ਜੇ ਵੇਖੀਏ ਤਾਂ ਕਸ਼ਮੀਰ ਦੇ ਵਿੱਚ ਤਿੰਨ ਥਾਂ ਤੇ, ਤਿੰਨ ਸੈਕਟਰ ਦੇ ਵਿੱਚ ਗੋਲੀ ਖੁੱਲ ਗਈ ਆ, ਜਿਹਨੂੰ ਆਪਾਂ ਕਹਿੰਦੇ ਨਾ ਫਾਇਰ ਖੁੱਲ ਗਿਆ, ਤਾਂ ਉੱਥੇ ਤਿੰਨ ਸੈਕਟਰਾਂ ਦੇ ਵਿੱਚ ਪਾਕਿਸਤਾਨੀਆਂ ਨੇ ਗੋਲੀ ਖੋਲੀ ਆ, ਫਾਇਰ ਖੋਲਿਆ। ਤਾਂ ਇਹ ਚੀਜ਼ਾਂ ਜਿਹੜੀਆਂ ਉਹ ਉਦੋਂ ਵਾਪਰੀਆਂ ਜਦੋਂ ਇਹ ਸਟ੍ਰਾਈਕ ਜਿਹੜਾ ਕੀਤਾ ਗਿਆ ਭਾਰਤ ਵੱਲੋਂ। ਇਹਦਾ ਦਾਅਵਾ ਹੀ ਨਹੀਂ, ਇਹ ਤੇ ਹੁਣ ਪੁਖਤਾ ਤੌਰ ਤੇ ਜਿਵੇਂ ਕਹਿ ਲਈਏ ਕਿ ਪਾਕਿਸਤਾਨ ਨੇ ਪ੍ਰਵਾਨ ਕਰ ਲਿਆ, ਤਸਲੀਮ ਕਰ ਲਿਆ, ਕਿਉਂਕਿ ਉਹਨਾਂ ਨੇ ਇਸ ਚੀਜ਼ ਨੂੰ ਮੰਨ ਲਿਆ ਕਿ ਇੰਡੀਅਨ ਏਅਰਫੋਰਸ ਜਿਹੜੀ ਆ ਉਹ ਇਹਨਾਂ ਦੇ ਇਲਾਕੇ ਚ ਦਾਖਲ ਹੋਈ, ਖਾਸ ਤੌਰ ਤੇ ਬਾਲਾਕੋਟ ਇਲਾਕੇ ਦੇ ਵਿੱਚ। ਹੁਣ ਉਹ ਕਹਿੰਦੇ ਆ ਕਿ ਇੱਥੇ ਇਹਨਾਂ ਨੇ ਜੀ ਹਮਲੇ ਦਾ ਯਤਨ ਕੀਤਾ ਸੀਗਾ ਔਰ ਸਿਵਿਲੀਅਨ ਏਰੀਏ ਨੂੰ ਟਾਰਗੇਟ ਕੀਤਾ ਤਾਂ ਕਿ ਇਹ ਕਹਿ ਸਕਣ ਕਿ ਅਸੀਂ ਅੱਤਵਾਦੀਆਂ ਤੇ ਹਮਲਾ ਕੀਤਾ, ਕਿਉਂਕਿ ਜੇ ਕਿਸੇ ਮਿਲਟਰੀ ਸਟੇਸ਼ਨ ਤੇ ਕੋਈ ਮਾਰਦੇ ਬੰਬ ਵਗੈਰਾ ਉਹਦੇ ਵਿੱਚ ਪਤਾ ਲੱਗ ਜਾਣਾ ਸੀਗਾ ਕਿ ਆਰਮੀ ਤੇ ਹਮਲਾ ਕੀਤਾ ਗਿਆ। ਸੋ ਇਸ ਕਰਕੇ ਇਹਨਾਂ ਨੇ ਸਿਵਿਲੀਅਨ ਤੇ ਹਮਲਾ ਕੀਤਾ ਤਾਂ ਕਿ ਪ੍ਰੋਪੇਗੰਡਾ ਰਨ ਕਰ ਸਕਣ ਕਿ ਅਸੀਂ ਅੱਤਵਾਦੀਆਂ ਦਾ ਉੱਥੇ ਖਾਤਮਾ ਕੀਤਾ, ਪਰ ਉਹਦੇ ਵਿੱਚ ਉਹ ਕਹਿੰਦੇ ਆ ਕਿ ਕੋਈ ਨੁਕਸਾਨ ਨੀ ਹੋਇਆ, ਸਾਡੇ 10 ਕੋਈ ਦਰਖਤ ਭੰਨੇ ਇਹਨਾਂ ਨੇ, ਫਿਰ ਉੱਥੋਂ ਚਲੇ ਗਏ ਆ ਜਦੋਂ ਸਾਡੀ ਏਅਰਫੋਰਸ ਮੱਟ ਚੁੱਕੀ ਆ। ਹਾਲਾਂਕਿ ਕੁਛ ਪ੍ਰਤੱਖ ਦਰਸ਼ੀ ਆ ਜਿਹੜੇ ਉਹ ਇਸ ਗੱਲ ਤੇ ਮੋਹਰ ਲਾਉਂਦੇ, ਕਹਿੰਦੇ ਆ ਕਿ ਧਮਾਕੇ ਬੜੇ ਜ਼ਬਰਦਸਤ ਧਮਾਕੇ ਹੋਏ ਆ, ਇਹ ਏਦਾਂ ਲੱਗਦਾ ਸੀ ਜਿੱਦਾਂ ਜ਼ਲਜ਼ਲਾ ਆ ਗਿਆ ਹੋਵੇ। ਤੇ ਇੱਕ ਪ੍ਰਤੱਖ ਦਰਸ਼ੀ ਨੇ ਤੇ ਇਹ ਵੀ ਗੱਲ ਕਹੀ ਆ ਕਿ ਅਸੀਂ ਤੜਕੇ ਜਾ ਕੇ ਵੇਖਿਆ ਉੱਥੇ 4-5 ਮਕਾਨ ਜਿਹੜੇ ਸੀਗੇ ਉਹ ਨਸ਼ਟ ਹੋ ਗਏ ਸੀਗੇ। ਹਾਲਾਂਕਿ ਹੁਣ ਪਾਕਿਸਤਾਨ ਵਾਲੇ ਕਹਿੰਦੇ ਆ ਕਿ ਉੱਥੇ ਤੇ ਜੀ ਕੁਛ ਵੀ ਨੀ ਹੋਇਆ, ਉੱਥੇ ਤੇ ਸਿਰਫ ਦਰਖਤ ਟੁੱਟੇ ਆ, ਪਰ ਉਹਨਾਂ ਦੇ ਨਾਗਰਿਕ ਹੀ ਕਹਿੰਦੇ ਆ ਕਿ 4-5 ਮਕਾਨ ਉੱਥੇ ਟੱਟੇ ਆ ਔਰ ਇੱਕ ਫੱਟੜ ਆਦਮੀ ਜਿਹੜਾ ਉਹ ਅਸੀਂ ਤੜਕੇ ਦੇਖਿਆ। ਮਤਲਬ ਕਿ ਇਹ ਚੀਜ਼ ਤੇ ਤੈਅ ਆ ਕਿ ਇਹਨਾਂ ਨੇ ਜਾ ਕੇ ਹਮਲਾ ਕੀਤਾ। ਹੁਣ ਇਹ ਕਹਿੰਦੇ ਆ ਕਿ 300 ਬੰਦਾ ਮਾਰਿਆ ਉੱਥੇ, ਹਾਲਾਂਕਿ ਸਾਡਾ ਮੀਡੀਆ ਜਿਹੜਾ ਉਹ ਆਪ ਹੀ ਗੱਲ ਪੁੱਠੀ ਪਾ ਦਿੰਦਾ। ਹੁਣ ਸਵਾਲ ਇਹ ਉੱਠਦਾ ਕਿ 300 ਕਿਲੋ RDX ਤੇ ਤੁਹਾਨੂੰ ਦੀ ਵੀ ਨਹੀਂ ਹੈ, ਤੇ ਰਾਤ ਦੇ ਹਨੇਰੇ ਚ ਜਿਹੜਾ 3:10 ਤੇ ਇਹ ਏਅਰ ਸਟ੍ਰਾਈਕ ਕੀਤਾ ਗਿਆ ਉਹਦੇ ਵਿੱਚ ਇੰਨੀ ਗਿਣਤੀ ਕਿਵੇਂ ਕੀਤੀ ਗਈ ਆ, ਸਭ ਤੋਂ ਵੱਡਾ ਸਵਾਲ ਹੈ ਕਿ ਪੱਤਰਕਾਰ ਨਾਲ ਗਏ ਸੀ ਜਾਂ ਜੰਗ ਵਿੱਚ ਬਹਿ ਕੇ, ਤੇ ਜਿਹੜੇ ਉਹ ਪੈਰਾਸ਼ੂਟ ਰਾਹੀਂ ਫਿਰ ਉੱਤਰੇ ਥੱਲੇ ਤੇ ਗਿਣਤੀ ਕਰਕੇ ਫਿਰ ਵਾਪਸ ਮੁੜ ਆਏ। ਸੋ ਇਸ ਤਰ੍ਹਾਂ ਦੀਆਂ ਪੁੱਠੀਆਂ ਗੱਲਾਂ ਕਰਦੇ, ਬਿਥਵੀਆਂ ਗੱਲਾਂ ਇਹੋ ਜਿਹੀਆਂ ਕਰਦਾ ਸਾਡਾ ਮੀਡੀਆ ਕਿ ਅੱਜ ਤੋਂ 2-3 ਪਹਿਲਾਂ ਪਾਕਿਸਤਾਨ ਦੀ ਏਅਰਫੋਰਸ ਨੇ ਰਾਤ ਦੇ ਵਿੱਚ ਇੱਕ ਅਭਿਆਸ ਕੀਤਾ ਸੀਗਾ, ਤਾਂ ਉਹਦੀਆਂ ਫੋਟੋਆਂ ਜਿਹੜੀਆਂ ਉਹੀ ਚੱਕ ਚੱਕ ਕੇ ਉਹੀ ਵਿਜ਼ੂਅਲ ਜਿਹੜੇ ਚੱਕ ਚੱਕ ਇਹਨਾਂ ਨੇ ਟੈਲੀਕਾਸਟ ਕਰ ਦਿੱਤੇ ਸ਼ੁਰੂ ਚ। ਉਹ ਇੱਥੇ ਸਾਡੇ ਇੰਡੀਆ ਚ ਕੰਮ ਕਰਦਾ ਆਰਟ ਨਿਊਜ਼ ਇੱਕ ਅਦਾਰਾ, ਉਹ ਫੇਕ ਨਿਊਜ਼ ਫੜਦਾ, ਤਾਂ ਉਹਨਾਂ ਨੇ ਨਾਲ ਦੀ ਨਾਲ ਦੱਸ ਦਿੱਤਾ ਕਿ ਇਹ ਜਿਹੜੀ ਵੀਡੀਓ ਆ ਇਹ ਤੇ ਫਲਾਣੇ ਸਮੇਂ ਦੀ ਔਰ ਪਾਕਿਸਤਾਨ ਦੇ ਅੰਦਰ ਦੀ ਵੀਡੀਓ। ਯਾਨੀ ਮੀਡੀਆ ਜਿਹੜਾ ਉਹ ਸਭ ਤੋਂ ਘਟੀਆ ਰੋਲ ਅਦਾ ਕਰਦਾ ਪਿਆ। ਪਹਿਲੀ ਗੱਲ ਤੇ ਇਹ ਆ ਨਾ ਰਾਜ ਕਰਮਵੀਰ ਸਿੰਘ ਜੀ, ਦੇਖੋ ਮਿਲਟਰੀ ਨੇ ਇਹ ਐਕਸ਼ਨ ਕੀਤਾ ਜਾਂ ਏਅਰਫੋਰਸ ਨੇ ਐਕਸ਼ਨ ਕੀਤਾ, ਫੌਜ ਨੇ ਇਹ ਸਭ ਕੁਛ ਕੀਤਾ, ਤਾਂ ਰਾਜਨੀਤੀ ਨੂੰ ਨਾਲ ਜੋੜਨਾ ਇਹ ਮੇਰੇ ਖਿਆਲ ਦੇ ਨਾਲ ਬੜਾ ਬੇਵਕੂਫਾਨਾ ਕੰਮ ਆ। ਔਰ ਪ੍ਰਚਾਰਿਆ ਜਾ ਰਿਹਾ ਜਿੱਦਾਂ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਜਹਾਜ਼ਾਂ ਚ ਬਹਿ ਕੇ ਆਪ ਗਏ,
ਫੌਜ ਦੀ ਗੱਲ ਘੱਟ ਕੀਤੀ ਜਾ ਰਹੀ ਹੈ, ਹਵਾਈ ਫੌਜ ਦੀ ਬਹਾਦਰੀ ਦੀ ਗੱਲ ਘੱਟ ਕੀਤੀ ਜਾ ਰਹੀ ਹੈ, ਉਹਨਾਂ ਦੀ ਸੂਝ ਬੂਝ ਦੀ ਘੱਟ ਗੱਲ ਕੀਤੀ ਜਾ ਰਹੀ ਹੈ, ਇਹਨਾਂ ਦਾ ਗੁਣਗਾਨ ਜ਼ਿਆਦਾ ਕੀਤਾ ਜਾ ਰਿਹਾ। ਸੋ ਇਸ ਪੱਖੋਂ ਮੀਡੀਆ ਜਿਹੜਾ ਉਹ ਇੱਕ ਨੈਗੇਟਿਵ ਰੋਲ ਅਦਾ ਕਰਦਾ ਪਿਆ ਔਰ ਇਸ ਤਰ੍ਹਾਂ ਚਿੜਾਇਆ ਜਾ ਰਿਹਾ। ਵੈਸੇ ਪਾਕਿਸਤਾਨ ਦਾ ਮੀਡੀਆ ਵੀ ਇਹੋ ਕੰਮ ਕਰਦਾ, ਇੰਡੀਆ ਦਾ ਮੀਡੀਆ ਵੀ ਇਹੋ ਕੰਮ ਕਰਦਾ, ਇੱਕ ਦੂਜੇ ਨੂੰ ਚਿੜਾਇਆ ਜਾ ਰਿਹਾ ਔਰ ਇਸ ਚਿੜਾਹਟ ਦੇ ਵਿੱਚ ਹੀ ਇਹ ਕੁਛ ਚੀਜ਼ਾਂ ਜਿਹੜੀਆਂ ਵਿਗੜਦੀਆਂ ਨਜ਼ਰ ਆ ਰਹੀਆਂ। ਉਹ ਕਹਿੰਦਾ ਕਿ ਪਾਕਿਸਤਾਨ ਨੇ ਵੀ ਹੰਗਾਮੀ ਮੀਟਿੰਗ ਸੱਦੀ ਅੱਜ, ਉਹ ਤੋਂ ਬਾਅਦ ਇਹਨਾਂ ਨੇ ਫੈਸਲਾ ਕੀਤਾ ਕਿ ਜਿਹੜੀ ਇਹਨਾਂ ਦੀ ਕਮਾਂਡ ਅਥਾਰਟੀ ਆ, ਸੈਂਟਰਲ ਕਮਾਂਡ ਅਥਾਰਟੀ, ਉਹਦੀ ਕੱਲ ਨੂੰ ਮੀਟਿੰਗ ਹੋਏਗੀ। ਉਹਦਾ ਪਤਾ ਹੀ ਹੈ ਤੁਹਾਨੂੰ, ਕਿੱਡੀ ਹਾਈ ਲੈਵਲ ਦੀ ਅਥਾਰਟੀ ਆ। ਫਿਰ ਉਸ ਤੋਂ ਬਾਅਦ ਕੱਲ ਇਹਨਾਂ ਨੇ ਇੱਕ ਸਾਂਝਾ ਸੈਸ਼ਨ ਸੱਦ ਲਿਆ ਲੋਕ ਸਭਾ ਦੇ ਵਿੱਚ, ਸੋਰੀ ਲੋਕ ਸਭਾ ਤਾਂ ਨਹੀਂ ਕਵਾਂਗੇ, ਇਹਨਾਂ ਦਾ ਤਾਂ ਹਾਊਸ ਹੀ ਹੈ। ਸੋ ਉੱਥੇ ਇਹ ਹੁਣ ਕੋਈ ਫੈਸਲਾ ਕੱਲ ਨੂੰ ਕਰ ਸਕਦੇ ਆ। ਪਾਕਿਸਤਾਨ ਨੇ ਵੈਸੇ ਭਾਰਤ ਨੂੰ ਕਹਿ ਦਿੱਤਾ ਕਿ ਤੁਸੀਂ ਆਪਣੀ ਵਾਰੀ ਜਿਹੜੀ ਆ ਉਹ ਲੈ ਲਈ, ਹੁਣ ਸਾਡੀ ਵਾਰੀ ਹੈ, ਹੁਣ ਅਸੀਂ ਸੁਨਿਸ਼ਚਿਤ ਕਰਾਂਗੇ ਕਿ ਜਵਾਬ ਕਦੋਂ ਤੇ ਕਿੱਥੇ ਦੇਣਾ। ਉਹਨਾਂ ਨੇ ਨਾਲ ਦੀ ਨਾਲ ਇਹ ਚੀਜ਼ ਕਹਿ ਦਿੱਤੀ ਹੈ। ਤਾਂ ਪੰਜਾਬ ਦੇ ਵਿੱਚ ਹਾਈ ਅਲਰਟ ਆ, ਵੈਸੇ ਤੇ ਪੂਰੇ ਭਾਰਤ ਦੇ ਵਿੱਚ ਹੀ ਆਪਾਂ ਜੇ ਦੇਖੀਏ ਤੇ ਤਕਰੀਬਨ ਹਾਈ ਅਲਰਟ ਆ, ਪਰ ਪੰਜਾਬ ਦੇ ਵਿੱਚ ਹਾਈ ਅਲਰਟ ਉਦੋਂ ਹੀ ਹੋ ਗਿਆ ਸੀਗਾ ਜਦੋਂ ਇਸ ਹਮਲੇ ਦੀਆਂ ਖ਼ਬਰਾਂ ਆਈਆਂ। ਕੱਲ ਨੂੰ ਦੱਸਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਆ ਜਿਹੜਾ ਬਾਰਡਰ ਏਰੀਏ ਤੇ ਜਾ ਕੇ ਯਾਤਰਾ ਵੀ ਕਰੂਗਾ। ਤੇ ਮੈਂ ਤੇ ਅੱਗੇ ਵੀ ਕਿਹਾ ਆਪਣੇ ਫੇਸਬੁੱਕ ਪੇਜ ਤੇ ਵੀ ਅੱਜ ਲਿਖਿਆ ਸੀਗਾ ਕਿ ਬਾਰਡਰ ਦੇ ਲੋਕਾਂ ਨੂੰ ਚਿੰਤਾ ਕਰਨ ਦੀ ਜ਼ਰੂਰਤ ਨੀ, ਜੇ ਐਤਕੀ ਉੱਠਣਾ ਪਿਆ ਤੇ ਅੱਧਾ ਸਮਾਨ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਚ ਜਾ ਰੱਖਿਓ, ਬਾਕੀ ਜੇ ਕੋਈ ਕਟਾ ਬਚਾ ਰਹਿ ਗਿਆ, ਬਾਕੀ ਆ ਜਿਹੜੇ ਦੇਸ਼ ਭਗਤਾਂ ਦੇ ਸਟੂਡੀਓ ਬਣੇ ਆ, ਨਿਊਜ਼ ਸਟੂਡੀਓ ਜਿਹੜੇ, ਇਹਨਾਂ ਦੇ ਵਿੱਚ ਵੜ ਜਾਓ, ਕਿਉਂਕਿ ਇਹ ਦੇਸ਼ ਭਗਤ ਆ। ਇਹੋ ਜਿਹੇ ਮਾਹੌਲ ਦੇ ਵਿੱਚ, ਇਹੋ ਜਿਹੇ ਆਲਮ ਦੇ ਵਿੱਚ ਇਹ ਤੁਹਾਨੂੰ ਨਾ ਨੁਕਰਨੀ ਕਰ। ਪਰ ਜੋ ਵੀ ਆ, ਹਕੀਕਤ ਇਹੋ ਆ ਕਿ ਇੱਕ ਵਾਰੀ ਫੇਰ, ਕਿਉਂਕਿ ਵਾਰੀ ਵਾਰੀ ਇਹ ਹੁੰਦਾ ਆ, ਨਵਾਂ ਨਹੀਂ ਹੈ, ਇੱਕ ਵਾਰੀ ਫੇਰ ਜੰਗ ਦੇ ਬੱਦਲ ਹੈ ਜਿਹੜੇ ਉਹ ਛਾਏ ਆ। ਹਾਲਾਂਕਿ ਇੰਡੀਆ ਦਾ ਮੀਡੀਆ, ਇੰਡੀਆ ਦੇ ਜਿਹੜੇ ਰਾਸ਼ਟਰਵਾਦੀ ਲੋਕ ਆ, ਉਹ ਇਸ ਚੀਜ਼ ਤੋਂ ਪਰੇ ਆ, ਉਹ ਤੇ ਆਪਣੇ ਜਸ਼ਨ ਚ ਮਗਰੂਰ ਨੇ। ਪਰ ਜਿਹੜੇ ਲੋਕ ਚਿੰਤਾ ਰੱਖਦੇ ਆ, ਜਿਹੜੇ ਲੋਕ ਥੋੜਾ ਜਿਹਾ ਜੰਗ ਨੂੰ ਨੇੜੇ ਤੋਂ ਹੰਡਾ ਚੁੱਕੇ ਹੁੰਦੇ ਆ, ਵੇਖ ਚੁੱਕੇ ਹੁੰਦੇ ਆ, ਜਾਂ ਉਹਨੂੰ ਪੜ੍ਹ ਚੁੱਕੇ ਹੁੰਦੇ ਆ, ਸੁਣ ਚੁੱਕੇ ਹੁੰਦੇ ਆ, ਉਸਦੀ ਤਰਾਸਦੀ ਜਿਹੜੀ ਆ ਉਹ ਡੰਗਾਈ ਨਾਲ ਨਾਪ ਚੁੱਕੇ ਹੁੰਦੇ, ਉਹ ਲੋਕ ਇਸ ਚੀਜ਼ ਤੋਂ ਤ੍ਰਹਿਕ ਰਹੇ ਆ ਕਿ ਕਿਤੇ ਕੰਮ ਖਰਾਬ ਨਾ ਹੋ ਜਾਵੇ। ਸੋ ਹੁਣ ਕੱਲ ਦਾ ਦਿਨ ਹੈ ਜਿਹੜਾ, ਉਹ ਪਾਕਿਸਤਾਨੀ ਲਿਹਾਜ਼ ਦੇ ਨਾਲ ਵੇਖਣਾ ਪਏਗਾ ਕਿ ਉਧਰੋਂ ਕਿਸ ਤਰ੍ਹਾਂ ਦਾ ਕੋਈ ਫੈਸਲਾ ਆਉਂਦਾ, ਇੰਡੀਆ ਵੱਲੋਂ ਵੇਖਣਾ ਪਊਗਾ ਕਿ ਇਹ ਕਿਸ ਤਰ੍ਹਾਂ ਦਾ ਹੁਣ ਅੱਗੇ ਪਲੈਨ ਕਰਕੇ ਚੱਲਦੇ ਆ। ਵੈਸੇ ਸੁਣਨ ਦੇ ਵਿੱਚ ਆਇਆ ਕਿ ਵੋਟਾਂ ਦਾ ਜਿਹੜਾ ਐਲਾਨ ਆ ਉਹ ਅਗਲੇ ਮਹੀਨੇ ਦੇ ਪਹਿਲੇ ਹਫ਼ਤੇ ਹੋ ਜਾਣਾ, ਤੇ ਉਹ ਤੋਂ ਪਹਿਲਾਂ ਪਹਿਲਾਂ ਕੀ ਚੀਜ਼ਾਂ ਵਾਪਰਦੀਆਂ ਵੇਖਣਾ ਬੜਾ ਦਿਲਚਸਪ ਰਹੂਗਾ। ਪਰ ਕੁੱਲ ਮਿਲਾ ਕੇ ਜੇ ਕਹੀਏ ਤਾਂ ਇਸ ਸਮੇਂ ਮਾਹੌਲ ਹੈ ਜਿਹੜਾ ਉਹ ਵੈਸਾ ਹੀ ਆ ਤਕਰੀਬਨ ਜਿਵੇਂ ਉੜੀ ਹਮਲੇ ਤੋਂ ਬਾਅਦ ਹੋਇਆ ਸੀਗਾ, ਫਿਰ ਸਰਜੀਕਲ ਸਟ੍ਰਾਈਕ, ਫਿਰ ਉਸ ਤੋਂ ਬਾਅਦ ਦੋਵਾਂ ਦੇਸ਼ਾਂ ਦੀਆਂ ਫੌਜਾਂ ਜਿਹੜੀਆਂ ਉਹ ਵੀ ਤਕਰੀਬਨ ਆ ਮੌਸਾ ਬਣੇ ਆ ਗਈਆਂ ਸੀ, ਤਾਂ ਮਾਹੌਲ ਤਕਰੀਬਨ ਵੈਸਾ ਹੀ ਬਣ ਚੁੱਕਾ। ਤਾਂ ਇਹ ਇੱਥੇ ਹੀ ਖਲੋ ਜਾਊਗਾ ਮਾਹੌਲ, ਫਿਰ ਆਮ ਵਰਗਾ ਹੋ ਜਾਊਗਾ, ਜਾਂ ਫਿਰ ਇਸ ਤੋਂ ਵੀ ਬਦਤਰੀਨ ਸਥਿਤੀ ਚ ਪਹੁੰਚੂਗਾ। ਇਹ ਹੁਣ ਸਮੇਂ ਤੇ ਛੱਡ ਦੇਣਾ ਚਾਹੀਦਾ, ਕਿਉਂਕਿ ਇਹਦੇ ਵਿੱਚ ਭਵਿੱਖਬਾਣੀ ਕਰਨੀ ਮੇਰੇ ਖਿਆਲ ਦੇ ਨਾਲ ਸਿਆਣਪ ਦਾ ਕੰਮ ਨਹੀਂ ਜੀ। ਪਰ ਇੱਕ ਗੱਲ ਜਿਹੜੀ ਜ਼ਰੂਰ ਆਪਾਂ ਮਿੰਟੂ ਜੀ ਕਹਿ ਸਕਦੇ ਹਾਂ ਵੀ ਬੰਬ ਸਿੱਟ ਕੇ ਜਿੰਨੇ ਜੋ ਖੱਟਣਾ ਸੀ ਉਹ ਖੱਟ ਲਿਆ, ਹੁਣ ਇਲੈਕਸ਼ਨਾਂ ਜਿੱਦਾਂ ਤੁਸੀਂ ਕਿਹਾ ਨਜ਼ਦੀਕ ਆ, ਦੇਸ਼ ਭਗਤੀ ਦੀ ਭਾਵਨਾ ਵਾਹਵਾ ਜਿਹੜੀ ਆ ਉਹ ਹੁਣ ਇਸ ਦੇ ਨਾਲ ਜਾਗ ਜਾਣੀ ਆ, ਕਿਤੇ ਨਾ ਕਿਤੇ ਇਲੈਕਸ਼ਨਾਂ ਦੇ ਵਿੱਚ ਵੋਟਾਂ ਦੇ ਵਿੱਚ ਵੀ ਜਿਹੜਾ ਉਹਨਾਂ ਉਸਦਾ ਅਸਰ ਜਿਹੜਾ ਜ਼ਰੂਰ ਹੋਵੇਗਾ। ਅਤੇ ਦੂਜੇ ਪਾਸੇ ਇਮਰਾਨ ਖਾਨ ਦੇ ਉੱਤੇ ਵੀ ਕਾਫ਼ੀ ਜ਼ਿਆਦਾ ਜਿਹੜਾ ਦਬਾਅ ਹੋਊਗਾ ਉਹਨਾਂ ਦੀ ਫੌਜ ਦੇ ਵੱਲੋਂ ਵੀ, ਜਿਹੜਾ ਉਹ ਬਹੁਤ ਰਹੇਗਾ, ਖਾਸ ਕਰਕੇ ਜਿਹੜੇ ਉੱਧਰ ਥੋੜ੍ਹੇ ਕੰਜ਼ਰਵੇਟਿਵ ਕਹਿ ਲਓ ਜਾਂ ਜਿਹੜੇ ਰਾਈਟ ਵਾਲੇ ਪਾਸੇ ਨੂੰ ਫਾਰ ਰਾਈਟ ਵਾਲੇ ਆ, ਉਹ ਵੀ ਕਹਿਣਗੇ ਵੀ ਇਸ ਦਾ ਜਿਹੜਾ ਜਵਾਬ ਦਿਓ। ਅਤੇ ਜਿਹੜਾ ਨਵਾਂ ਪਾਕਿਸਤਾਨ ਦਾ ਉਹ ਚਿਹਰਾ ਦਿਖਾਉਣਾ ਚਾਹੁੰਦੇ ਆ, ਹੁਣ ਉਹਨਾਂ ਉੱਤੇ ਵੀ ਕਈ ਤਰੀਕੇ ਦੇ ਜਿਹੜੇ ਸਵਾਲ ਹੋਣਗੇ ਉੱਤੋਂ ਜੇ ਆਪਣੇ ਪੰਜਾਬੀ ਉਹਨਾਂ ਦੀ ਸੰਸਦ ਦੇ ਵਿੱਚ ਸੋਰੀ ਮੈਂ ਤੁਹਾਨੂੰ ਇੰਟਰਪਟ ਕੀਤਾ, ਉਹਨਾਂ ਦੀ ਸੰਸਦ ਦੇ ਵਿੱਚ ਅੱਜ ਇਮਰਾਨ ਖਾਨ ਦੇ ਖਿਲਾਫ ਬੜੇ ਨਾਅਰੇ ਲੱਗੇ ਆ, ਛੇਮ ਦੇ ਨਾਅਰੇ ਲੱਗੇ ਆ। ਤਾਂ ਦਬਾਅ ਵਾਕਈ ਇਹ ਗੱਲ ਤੁਹਾਡੀ ਸਹੀ ਆ ਕਿ ਦਬਾਅ ਉਹਨਾਂ ਤੇ ਬਹੁਤ, ਇਸੇ ਕਰਕੇ ਉਹਨਾਂ ਨੇ ਹਾਈ ਲੈਵਲ ਦੀਆਂ ਕੱਲ ਦੋ ਤਿੰਨ ਬੈਠਕਾਂ ਸੱਦੀਆਂ, ਤਾਂ ਕੀ ਫੈਸਲਾ ਕਰਦੇ। ਹਾਲਾਂਕਿ ਇਮਰਾਨ ਖਾਨ ਹੈ ਜਿਹੜਾ ਉਹ ਤੁਹਾਨੂੰ ਪਤਾ ਹੀ ਆ ਜੇ ਅਸੀਂ ਸੋਚ ਰੱਖਦਾ, ਹਾਲਾਂਕਿ ਪ੍ਰਧਾਨ ਮੰਤਰੀ ਉੱਤੇ ਆਪਾਂ ਨੂੰ ਵੀ ਪਤਾ ਕਿ ਆਰਮੀ ਦਾ ਖਿਡੌਣਾ ਟਾਈਪ ਹੀ ਆ, ਪਰ ਫਿਰ ਵੀ ਉਹਦੀ ਜਿਹੜੀ ਸੋਚ ਆ ਥੋੜੀ ਜਿਹੀ ਅਲੱਗ ਆ। ਤਾਂ ਇਮਰਾਨ ਖਾਨ ਇਸ ਸਥਿਤੀ ਨਾਲ ਨਜਿੱਠੂਗਾ ਕਿਸ ਤਰ੍ਹਾਂ, ਇਹ ਬਹੁਤ ਵੱਡਾ ਸਵਾਲ ਹੈ, ਕਿਉਂਕਿ ਇਸ ਹਮਲੇ ਤੋਂ ਕੁਛ ਘੰਟੇ ਪਹਿਲਾਂ ਇਮਰਾਨ ਖਾਨ ਦਾ ਇੱਕ ਬਿਆਨ ਆਇਆ ਸੀਗਾ ਕਿ ਸਾਨੂੰ ਸ਼ਾਂਤੀ ਦਾ ਇੱਕ ਮੌਕਾ ਦਿਓ, ਮੈਨੂੰ ਸ਼ਾਂਤੀ ਦਾ ਮੌਕਾ ਦਿਓ। ਤਾਂ ਇਹ ਚੀਜ਼ ਹੁਣ ਵੇਖਣੀ ਹੋਏਗੀ ਕਿ ਕੀ ਉਹ ਆਪਣੇ ਦੇਸ਼ ਨੂੰ ਭਰੋਸੇ ਚ ਲੈਂਦਾ ਕਿ ਚਲੋ ਠੀਕ ਆ ਕਿ ਇੱਧਰਲੇ ਪਾਸੇ ਤੋਂ ਹੋਈ ਆ,
ਤਾਂ ਉਹਨਾਂ ਨੇ ਉਧਰਲੇ ਪਾਸੇ ਤੋਂ ਇੰਨੀ ਕੁ ਕਰ ਦਿੱਤੀ ਹੈ, ਚਲੋ ਆਪਾਂ ਅਗਾਂਹ ਤੋਂ ਵੇਖਦੇ ਹਾਂ ਮਾਹੌਲ ਬਣਾ ਕੇ। ਮੈਂ ਇੰਡੀਆ ਦਾ ਇੰਤਜ਼ਾਰ ਕਰਦੇ ਹਾਂ ਕਿ ਇਲੈਕਸ਼ਨ ਤੋਂ ਬਾਅਦ ਉੱਥੇ ਸੱਤਾ ਪਰਿਵਰਤਨ ਕਿਸ ਤਰ੍ਹਾਂ ਦਾ ਹੁੰਦਾ, ਕੌਣ ਬਣਦਾ ਪ੍ਰਧਾਨ ਮੰਤਰੀ, ਤਾਂ ਫਿਰ ਆਪਾਂ ਚੀਜ਼ਾਂ ਤੈਅ ਕਰਦੇ ਹਾਂ ਕਿ ਉਹ ਭਰੋਸਾ ਜਿਹੜਾ ਉਹ ਆਰਮੀ ਦਾ ਜਾਂ ਆਵਾਮ ਦਾ ਉਹ ਖੱਟ ਸਕੇਗਾ, ਬਹੁਤ ਵੱਡੀ ਗੱਲ ਹੈ। ਤੇ ਜੇ ਉਹ ਕਾਬਲੀਅਤ ਦਿਖਾ ਦਿੰਦਾ ਇਮਰਾਨ ਖਾਨ ਇਸ ਮਾਮਲੇ ਦੇ ਵਿੱਚ, ਇਸ ਚੀਜ਼ ਨੂੰ ਥੋੜਾ ਉਹ ਨਰਮ ਗੋਸ਼ੇ ਨਾਲ ਲੈ ਕੇ ਚੱਲਦਾ, ਤਾਂ ਫਿਰ ਮੇਰੇ ਗੱਲ ਦੇ ਨਾਲ ਅੱਗੇ ਚੀਜ਼ਾਂ ਜਿਹੜੀਆਂ ਉਹ ਭਵਿੱਖ ਦੇ ਵਿੱਚ ਠੀਕ ਹੋਣਗੀਆਂ। ਕਿਉਂਕਿ ਇੰਡੀਆ ਹਮੇਸ਼ਾ ਇਹੀ ਗੱਲ ਕਲੇਮ ਕਰਦਾ ਕਿ ਦੇਖੋ ਅਸੀਂ ਪਹਿਲਾਂ ਹਮਲਾ ਨਹੀਂ ਕਰਦੇ, ਜੇ ਸਾਡੀ ਅਖੰਡਤਾ ਤੇ ਹਮਲਾ ਕਰੋਗੇ ਜਾਂ ਸਾਡੇ ਅੰਦਰੂਨੀ ਢਾਂਚੇ ਤੇ ਹਮਲਾ ਕਰੋਗੇ ਅਸੀਂ ਉਹਦਾ ਜਵਾਬ ਦੇਵਾਂਗੇ, ਤਾਂ ਇਹ ਇੰਡੀਆ ਦਾ ਇੱਕ ਨਵਾਂ ਵਿਜ਼ਨ ਸਾਹਮਣੇ ਆ ਰਿਹਾ, ਤਾਂ ਉਹ ਉਧਰੋਂ ਵੇਖਣਾ ਪਏਗਾ ਕਿ ਉਹ ਦਬਾਅ ਨੂੰ ਕਿਵੇਂ ਬਰਦਾਸ਼ਤ ਕਰਦੇ। ਕਿਉਂਕਿ ਇਹ ਜਿਵੇਂ ਤੁਸੀਂ ਕਿਹਾ ਬਿਲਕੁਲ ਰਾਜਨੀਤੀ ਦਾ ਹੀ ਬਹੁਤ ਜ਼ਿਆਦਾ ਦਬਾਅ ਸੀਗਾ ਕਿ ਇਹ ਇੰਨਾ ਕੁਛ ਕਰਨਾ ਪਿਆ ਇੰਡੀਆ। ਬਿਲਕੁਲ, ਤੇ ਕਿਤੇ ਨਾ ਕਿਤੇ ਜਿਹੜੇ ਕਰਤਾਰਪੁਰ ਲਾਂਘੇ ਦੀ ਜਿਹੜੀ ਗੱਲ ਆ ਉਹ ਵੀ ਹੁਣ ਕਿਤੇ ਠੰਡੇ ਬਸਤੇ ਦੇ ਵਿੱਚ ਹੀ ਬਹੁਤ ਪਿੱਛੇ ਰਹਿ ਗਈ। ਬਿਲਕੁਲ, ਉਹ ਤਾਂ ਪਿੱਛੇ ਰਹਿ ਗਈ, ਉਹ ਚੀਜ਼ ਤੇ ਹੁਣ ਬਹੁਤ ਪਿੱਛੇ ਰਹਿ ਗਈ ਹੈ। ਜੰਗ ਦੇ ਬਦਲ ਜਦੋਂ ਇਸ ਤਰ੍ਹਾਂ ਛਾ ਜਾਂਦੇ ਆ ਤਾਂ ਇਹ ਚੀਜ਼ਾਂ ਤੇ ਹੁਣ ਦੇਖੋ ਕੱਲ ਤੱਕ ਸਾਡੇ ਇੱਥੇ ਕਿੰਨੇ ਮੁੱਦੇ ਸੀਗੇ, ਉਹ ਸਾਰੇ ਮੁੱਦੇ ਖਤਮ ਹੋ ਗਏ, ਸਾਰੇ ਮੁੱਦੇ ਖਤਮ ਹੋ ਗਏ। ਔਰ ਰਾਸ਼ਟਰਵਾਦ ਤਾਂ ਤੇ ਮੈਂ ਕਹਿੰਦਾ ਕਿ ਜਿੰਨਾ ਧਰਮ ਨੇ ਨੁਕਸਾਨ ਕੀਤਾ ਨਾ ਲੋਕਾਈ ਦਾ, ਧਰਮ ਦੇ ਨਾਮ ਤੇ ਜਿੰਨੀਆਂ ਜੰਗਾਂ ਹੋਈਆਂ, ਮਜ਼ਹਬ ਦੇ ਨਾਂ ਤੇ ਜਿੰਨੀ ਵੱਢ ਖੱਟ ਹੋਈ, ਰਾਸ਼ਟਰਵਾਦ ਤਾਂ ਉਹਦੇ ਤੋਂ ਵੀ ਖਤਰਨਾਕ ਰੂਪ ਧਾਰਨ ਕਰ ਰਿਹਾ। ਰਾਸ਼ਟਰਵਾਦ ਤਾਂ ਇੱਕ ਐਸਾ ਜਨੂਨ ਬਣ ਰਿਹਾ ਜਿਹਦੇ ਵਿੱਚ ਨਾ ਸਿਰਫ ਜ਼ਿੰਦਗੀਆਂ ਦਾਅ ਤੇ ਲੱਗ ਰਹੀਆਂ ਨੇ ਬਲਕਿ ਡੈਮੋਕ੍ਰੇਸੀ ਹੈ ਜਿਹੜੀ ਉਹਦੇ ਵਿੱਚ ਇਸ ਤਰ੍ਹਾਂ ਦਾ ਨਿਗਾਰ ਆ ਰਿਹਾ ਕਿ ਸ਼ਰਮ ਆਉਂਦੀ ਦੱਸਦਿਆਂ। ਹੁਣ ਤੁਸੀਂ ਵੇਖੋ ਕਿ ਨਵਜੋਤ ਸਿੱਧੂ ਨੇ ਕੋਈ ਗਲਤ ਗੱਲ ਨਹੀਂ ਕਹੀ, ਤਾਂ ਨਵਜੋਤ ਸਿੱਧੂ ਦਾ ਪੱਖ ਪੂਰਿਆ, ਉਹ ਇੱਕ ਕੁੜੀ ਹੈਗੀ ਐਕਟਰੈਸ ਸ਼ਿਲਪਾ ਸ਼ਿੰਦੇ ਜਿਹੜੀ ਥੋੜੇ ਦਿਨ ਪਹਿਲਾਂ ਕਾਂਗਰਸ ਚ ਸ਼ਾਮਿਲ ਹੋ ਗਈ ਆ, ਜਿਹੜੀ ਬਿਗ ਬੋਸ ਦੀ ਵੀ ਜੇਤੂ ਆ, ਬਾਬੀ ਜੀ ਘਰ ਤੇ ਹੈ ਉਹਦੀ ਪਹਿਲਾਂ ਹੁੰਦੀ ਸੀ ਹੀਰੋਇਨ ਦੀ ਹੁੰਦੀ, ਤਾਂ ਉਹਨੇ ਸਿੱਧੂ ਦਾ ਪੱਖ ਪੂਰਿਆ ਕਿ ਸਿੱਧੂ ਨੇ ਕੀ ਗਲਤ ਕਿਹਾ। ਤਾਂ ਤੁਸੀਂ ਵੇਖੋ ਕਿ ਜਿਹੜੇ ਰਾਸ਼ਟਰਵਾਦੀ ਅਖੌਤੀ ਰਾਸ਼ਟਰਵਾਦੀ ਆ ਉਹ ਸਿੱਧੇ ਟ੍ਰੋਲ ਕਰਦੇ ਕਰਦੇ ਇੱਥੇ ਤੱਕ ਪਹੁੰਚ ਗਏ ਕਿ ਤੇਰਾ ਤੇ ਰੇਪ ਕਰ ਦਿਆਂਗੇ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇਹ ਰਾਸ਼ਟਰਵਾਦਤਾ ਦਾ ਕਿਹੜਾ ਸਵਰੂਪ ਆ ਜਿਹਦੇ ਵਿੱਚ ਨਾ ਕਿਸੇ ਨੂੰ ਬੋਲਣ ਦਿੱਤਾ ਜਾ ਰਿਹਾ, ਨਾ ਕਿਸੇ ਨੂੰ ਵਿਚਾਰ ਰੱਖਣ ਦਿੱਤਾ ਜਾ ਰਿਹਾ। ਇੱਥੋਂ ਤੱਕ ਕਿ ਜੇ ਮੇਰੇ ਵਰਗਾ ਕੋਈ ਕਹਿ ਦੇ ਕਿ ਜੰਗ ਨਹੀਂ, ਆਪਾਂ ਨੂੰ ਅਮਨ ਵਾਲੇ ਪਾਸੇ ਵਧਣਾ ਚਾਹੀਦਾ, ਉਹ ਕਹਿੰਦੇ ਚੁੱਕ ਜਲਦੀ ਵਿਤਰਾ ਤੋਂ ਇੱਥੇ ਬਾਹਰ ਹੋ ਜਾ ਦੇਖੀ। ਜੀ ਜੀ ਬਿਲਕੁਲ, ਜੋ ਇਹੀ ਤੇ ਇਹੀ ਸਾਰੇ ਜਾਣੇ ਕਰਦੇ ਆ, ਕਿਉਂਕਿ ਦੇਖੋ ਜਿਹੜੀ ਪਿਛਲੀ ਲੜਾਈ 71 ਦੀ ਸੀ ਉਸ ਤੋਂ ਬਾਅਦ ਦੇ ਵਿੱਚ ਬਹੁਤ ਸਾਰੇ ਨਵੇਂ ਕਹਿ ਲਓ ਵੀ ਹੁਣ ਜੰਮੇ ਨੇ, ਉਹਨਾਂ ਨੂੰ ਪਤਾ ਨਹੀਂ ਆ ਵੀ ਇਸ ਵਾਰ ਦਾ, ਇਸ ਯੁੱਧ ਦਾ, ਇਸ ਲੜਾਈ ਦਾ ਕਿੰਨਾ ਘਾਤਕ ਜਿਹੜਾ ਉਹ ਚਿਹਰਾ ਹੁੰਦਾ, ਬੰਦਾ ਸ਼ੁਰੂ ਤੇ ਕਰ ਲੈਂਦਾ ਆ, ਖਤਮ ਹੋਣ ਲੱਗਿਆਂ ਫਿਰ ਪਤਾ ਨਹੀਂ ਲੱਗਦਾ ਅਤੇ ਕਿੰਨੇ ਵਰੇ ਅਤੇ ਉਹ ਜਿਹੜਾ ਸਾਰਾ ਕੁਛ ਜਿਹੜਾ ਉਹ ਪਿੱਛੇ ਪੈ ਜਾਂਦਾ ਆ। ਸੋ ਇਹ ਬਹੁਤ ਜਿਹੜੀ ਇੱਕ ਚਿੰਤਾ ਦਾ ਵਿਸ਼ਾ, ਕਿਸੇ ਵੀ ਪਾਸੇ ਜਿਹੜੀ ਲੜਾਈ ਜਿਹੜੀ ਉਹ ਹੋਣੀ ਆ ਉਹ ਕਿਸੇ ਵੀ ਚੀਜ਼ ਦਾ, ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਤਾਂ ਕੋਈ ਹੱਲ ਜਿਹੜਾ ਇਸ ਦਾ ਨਜ਼ਰ ਨਹੀਂ ਆਉਂਦਾ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ, ਕਿਉਂਕਿ ਮੇਨ ਖਬਰ ਤਾਂ ਇਹੀ ਜਿਹੜੀ ਅੱਜ ਬਣ ਕੇ ਸਾਰੇ ਪਾਸੇ ਜਿਹੜੀ ਚੱਲ ਰਹੀ ਆ, ਅਦਾਲਤ ਨੇ ਕਹਿੰਦੇ ਉਮਰਾ ਨੰਗਲ ਨੂੰ ਭੇਜਿਆ ਆ ਜੇਲ੍ਹ। ਹਾਂ ਬਿਲਕੁਲ, ਇਹ ਵੀ ਇੱਕ ਵੱਡੀ ਖਬਰ ਆ, ਜੇ ਪੰਜਾਬ ਦੇ ਲਿਹਾਜ਼ ਨਾਲ ਦੇਖੀਏ ਤੇ ਅੱਜ ਦੇ ਦਿਨ ਦੀ ਸਭ ਤੋਂ ਵੱਡੀ ਖਬਰ ਆ। ਤਾਂ ਉਮਰਾ ਨੰਗਲ ਪਿਛਲੇ ਕਈ ਦਿਨਾਂ ਤੋਂ ਆਪਣੀ ਪੁਲਿਸ ਦੀ ਹਿਰਾਸਤ ਦੇ ਵਿੱਚ ਸੀਗਾ, ਜਾਂ ਕਹਿ ਲਈਏ ਕਿ ਆਪਣੀ ਪੁਲਿਸ ਦੇ ਰਿਮਾਂਡ ਤੇ ਸੀਗਾ, ਤਾਂ ਹੁਣ ਉਹਨੂੰ ਜੁਡੀਸ਼ੀਅਲ ਕਰ ਦਿੱਤਾ ਗਿਆ, ਭਾਵ ਇਹ ਆ ਕਿ ਜੇਲ੍ਹ ਦੀ ਕਸਟਡੀ ਚ ਘੱਲ ਦਿੱਤਾ ਗਿਆ, ਹੁਣ ਉਹਦਾ ਰਿਮਾਂਡ ਵਗੈਰਾ ਸਾਰਾ ਕੁਛ ਮੁੱਕ ਗਿਆ, ਤਾਂ ਉਹਨੂੰ 12 ਮਾਰਚ ਤੱਕ ਜੁਡੀਸ਼ੀਅਲ ਰਿਮਾਂਡ ਤੇ ਘੱਲਿਆ ਗਿਆ। ਸੋ ਕਹਾਣੀ ਦਾ ਤੁਹਾਨੂੰ ਪਤਾ ਹੀ ਆ, ਪਰ ਉਮਰਾ ਨੰਗਲ ਦੇ ਨਾਲ ਜੁੜਿਆ ਇੱਕ ਮਾਮਲਾ ਜਿਹੜਾ ਉਹ ਹਾਈ ਕੋਰਟ ਦੇ ਵਿੱਚ ਵੀ ਪਹੁੰਚ ਗਿਆ, ਕਿਉਂਕਿ ਇਹਨੇ ਗੁਰਨਾਮ ਸਿੰਘ ਬੰਡਾਲਾ ਦੇ ਨਾਮ ਤੇ ਇੱਕ ਸੁਖਪਾਲ ਸਿੰਘ ਨਾਂ ਦਾ ਮੁੰਡਾ ਮਾਰਿਆ ਦੱਸਦੇ ਆ, ਉਹ ਇਹਦੇ ਨਾਮ ਲੱਗਦਾ ਕਿ ਇਹਨੇ ਫੇਕ ਇਨਕਾਊਂਟਰ ਕਰਕੇ ਇਨਾਮ ਤੱਕ ਲਿਆ, ਤਰੱਕੀਆਂ ਤੱਕ ਲਈਆਂ। ਤਾਂ ਉਹਦੇ ਘਰ ਵਾਲੇ ਆ ਜਿਹੜੇ ਉਹ ਪਹਿਲਾਂ ਹੀ ਹਾਈ ਕੋਰਟ ਦੇ ਵਿੱਚ ਪਹੁੰਚੇ ਹੋਏ ਆ, ਉਹਨਾਂ ਨੇ ਦੁਬਾਰਾ ਜਾ ਕੇ ਦਰਖਾਸਤ ਕੀਤੀ ਆ ਅਦਾਲਤ ਨੂੰ ਕਿ ਇਹਨੂੰ ਸਸਪੈਂਡ ਕੀਤਾ ਜਾਣਾ ਚਾਹੀਦਾ। ਔਰ ਮੈਂ ਵੀ ਹੈਰਾਨ ਆ ਰਾਜ ਕਰਨਵੀਰ ਸਿੰਘ ਜੀ, ਕਿ ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਜਦੋਂ ਇਸ ਤਰ੍ਹਾਂ ਦਾ ਕੋਈ ਅਧਿਕਾਰੀ ਕਿਸੇ ਮਾਮਲੇ ਦੇ ਵਿੱਚ 48 ਕੁ ਘੰਟਿਆਂ ਤੱਕ ਕਸਟਡੀ ਚ ਰਹਿ ਜਾਂਦਾ ਤਾਂ ਉਹਦੀ ਮੁਅੱਤਲ ਹੀ ਹੋ ਜਾਂਦੀ ਆ, ਤਾਂ ਇਹਨੂੰ ਮੁਅੱਤਲ ਕਿਉਂ ਨਹੀਂ ਕੀਤਾ ਗਿਆ, ਇੱਕ ਬਹੁਤ ਵੱਡਾ ਪ੍ਰਸ਼ਨ ਹੈ। ਔਰ ਜੇ ਕੀਤਾ ਗਿਆ ਤਾਂ ਜਨਤਕ ਤੌਰ ਤੇ ਕਿਉਂ ਨਹੀਂ ਦੱਸਿਆ ਜਾ ਰਿਹਾ, ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ। ਦੂਜਾ, ਇਹਦੇ ਜਿਹੜੇ ਹੁਣ ਤੱਕ ਦੇ ਕਾਰਨਾਮੇ ਸਾਹਮਣੇ ਆਉਣ ਡਏ ਆ, ਮੀਡੀਆ ਚ ਛਪਦੇ ਪਏ ਆ, ਮੇਰੇ ਖਿਆਲ ਦੇ ਨਾਲ ਇਸ ਦਾਇਰੇ ਚੋਂ ਬਾਹਰ ਨਿਕਲ ਕੇ, ਯਾਨੀ ਬਹਿਬਲ ਜਾਂ ਕੁੱਟ ਕਪੂਰਾ ਗੋਲੀਕਾਂਡ ਹੋਇਆ ਜਿਹੜਾ, ਇਸ ਦਾਇਰੇ ਚੋਂ ਬਾਹਰ ਨਿਕਲ ਕੇ ਉਹ ਵੀ ਖੰਗਾਲਣੇ ਚਾਹੀਦੇ ਆ, ਉਹਦੀ ਇੱਕ ਬਕਾਇਦਾ
ਅੱਡ ਤੋਂ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਕਿ ਜੋ ਇਹਦੇ ਨਾਮ ਤੇ ਇਸ ਤਰ੍ਹਾਂ ਦੇ ਦੋਸ਼ ਲੱਗਦੇ ਆ ਕਿ ਇਹਨੇ ਆਹ ਕੰਮ ਕੀਤੇ ਆ ਉਹ ਵੀ ਫੋਲ ਲੈਣੇ ਚਾਹੀਦੇ ਆ। ਕਿਉਂਕਿ ਜੇ ਪੁਲਿਸ ਇਹ ਮੰਨ ਕੇ ਚੱਲਦੀ ਆ ਏਡਾ ਵੱਡਾ ਪੁਲਿਸ ਅਧਿਕਾਰੀ ਕਾਇਦੇ ਕਾਨੂੰਨ ਉਲੰਘ ਕੇ ਇਹੋ ਜਿਹੇ ਕੰਮ ਕਰ ਸਕਦਾ ਤੇ ਕੀ ਗੱਲ ਉਦੋਂ ਉਹਦੀ ਜ਼ਮੀਰ ਜਾਗੀ ਹੋਊਗੀ, ਕੀ ਗੱਲ ਉਦੋਂ ਇਮਾਨਦਾਰੀ ਦਾ ਉਹਨੇ ਤਾਜ ਆਪਣੇ ਸਿਰ ਤੇ ਸਜਾਇਆ, ਜਾਂ ਕਹਿ ਲਈਏ ਕਿ ਉਦੋਂ ਉਹਦਾ ਹਿਰਦਾ ਜਿਹੜਾ ਉਹ ਗੱਲ ਸੋਚਦਾ ਹੀ ਨੀ ਸੀਗਾ, ਹੁਣੇ ਹੀ ਸੋਚਣ ਲੱਗਾ ਸੀਗਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੇਖਣੀਆਂ ਚਾਹੀਦੀਆਂ, ਇਹਦਾ ਸਾਰਾ ਜਿਹੜਾ ਕੈਰੀਅਰ ਦਾ ਰਿਕਾਰਡ ਆ ਖੋਲਣਾ ਚਾਹੀਦਾ, ਜਿੱਥੇ ਜਿੱਥੇ ਇਹਦੇ ਤੇ ਦੋਸ਼ ਲੱਗਿਆ ਦੁਬਾਰਾ ਤਹਿਕੀਕਾਤ ਹੋਣੀ ਚਾਹੀਦੀ ਆ। ਕਿਉਂਕਿ ਜੇ ਇਨਸਾਫ ਇਸ ਮਾਮਲੇ ਚ ਜ਼ਰੂਰੀ ਆ ਤਾਂ ਜਿਹਨਾਂ ਦੇ ਨਾਲ ਇਹਨੇ ਧੱਕੇ ਕੀਤੇ ਆ, ਜਿਹਨਾਂ ਦੇ ਨਾਲ ਇਸ ਤਰ੍ਹਾਂ ਦਾ ਵਰਤਾਰਾ ਵਾਪਰਿਆ, ਉਹਨਾਂ ਦਾ ਮੁੰਡਾ ਚੱਕ ਕੇ ਕਿਸੇ ਦੇ ਨਾਮ ਤੇ ਮਾਰ ਦਿੱਤਾ ਗਿਆ, ਤਾਂ ਉਹਨਾਂ ਨੂੰ ਵੀ ਤੇ ਇਨਸਾਫ ਚਾਹੀਦਾ ਨਾ, ਉਹਨਾਂ ਹੀ ਇਨਸਾਫ ਚਾਹੀਦਾ ਨਾ, ਜਿੰਨਾ ਕ੍ਰਿਸ਼ਨ ਭਗਵਾਨ ਸਿੰਘ ਜੀ ਦੇ ਘਰਦਿਆਂ ਨੂੰ ਚਾਹੀਦਾ, ਤਾਂ ਉਹਨਾਂ ਨੂੰ ਵੀ ਉਹਨਾਂ ਹੀ ਚਾਹੀਦਾ। ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਦੋ ਤੋਂ ਵੱਧ ਬੱਚਿਆਂ ਵਾਲੇ ਉਮੀਦਵਾਰ ਨੂੰ ਰੋਕਣ ਵਾਲੀ ਪਟੀਸ਼ਨ ਸੁਪਰੀਮ ਕੋਰਟ ਨੇ ਰੱਦ ਕੀਤੀ ਆ। ਦੇਖੋ ਇਹ ਜਿਹੜੀ ਪਟੀਸ਼ਨ ਪਾਈ ਸੀਗੀ ਇਹ ਪਾਈ ਸੀਗੀ ਇਹਨਾਂ ਦੇ ਭਾਰਤੀ ਜਨਤਾ ਪਾਰਟੀ ਦੀ ਇੱਕ ਵਿਧਾਇਕ ਆ ਅਸ਼ਵਨੀ ਉਪਾਧਿਆਇ ਜੀ, ਉਹ ਵੈਸੇ ਪਹਿਲਾਂ ਆਮ ਆਦਮੀ ਪਾਰਟੀ ਚ ਹੁੰਦੇ ਸੀ, ਆਮ ਆਦਮੀ ਪਾਰਟੀ ਚ ਤੁਹਾਨੂੰ ਪਤਾ ਹੀ ਆ ਕਿ ਇਸ ਤਰ੍ਹਾਂ ਦੇ ਬੰਦਿਆਂ ਦੀ ਫਿਰ ਜ਼ਰੂਰਤ ਖਤਮ ਹੋ ਗਈ, ਜਿਹੜੇ ਇੰਟਲੈਕਚੁਅਲ ਸੀਗੇ ਜਾਂ ਵੱਖ ਵੱਖ ਪੇਸ਼ਿਆਂ ਦੇ ਮਾਹਰ ਸੀਗੇ, ਤਾਂ ਉਹ ਫਿਰ ਆਪੋ ਆਪਣਾ ਰੁੱਖ ਕਰ ਗਏ, ਕੋਈ ਕਿੱਧਰ ਨੂੰ ਚਲੇ ਗਿਆ ਕੋਈ ਕਿੱਧਰ ਨੂੰ ਚਲੇ ਗਿਆ, ਤੇ ਅਸ਼ਵਨੀ ਜੀ ਚਲੇ ਗਏ ਸੀਗੇ ਫਿਰ ਭਾਰਤੀ ਜਨਤਾ ਪਾਰਟੀ ਚ। ਤਾਂ ਇਹ ਜਿਹੜੇ ਪੇਸ਼ੇ ਤੋਂ ਵਕੀਲ ਨੇ ਵੱਖ ਵੱਖ ਪਟੀਸ਼ਨਾਂ ਪਾਉਂਦੇ, ਔਰ ਖਾਸ ਤੌਰ ਤੇ ਸੁਧਾਰਵਾਦੀ ਪਟੀਸ਼ਨਾਂ ਹੁੰਦੀਆਂ ਚੁਣਾਵੀ ਪ੍ਰਕਿਰਿਆ ਨੂੰ ਲੈ ਕੇ ਜ਼ਿਆਦਾਤਰ, ਤਾਂ ਇਹਨਾਂ ਨੇ ਇੱਕ ਹੁਣ ਪਟੀਸ਼ਨ ਜਿਹੜੀ ਆ ਉਹ ਸੁਪਰੀਮ ਕੋਰਟ ਚ ਪਾਈ ਸੀਗੀ। ਉਹ ਪਟੀਸ਼ਨ ਇਹ ਮੰਗ ਕਰਦੀ ਸੀਗੀ ਕਿ ਜਿਹੜੇ ਵੀ ਉਮੀਦਵਾਰ ਦੇ ਦੋ ਤੋਂ ਵੱਧ ਬੱਚੇ ਆ ਉਹਨਾਂ ਨੂੰ ਉਮੀਦਵਾਰ ਹੋਣ ਦਾ ਹੱਕ ਹੀ ਨਾ ਦਿੱਤਾ ਜਾਵੇ, ਭਾਵੇਂ ਆ ਕਿ ਉਹ ਵੋਟਾਂ ਚ ਹੀ ਨਾ ਖੜ ਸਕਦੇ ਹੋਣ। ਤਾਂ ਇਹਦੇ ਲਈ ਇਹਨਾਂ ਨੇ ਬਕਾਇਦਾ ਇੱਕ ਮੇਰੇ ਖਿਆਲ ਦੇ ਨਾਲ ਆਂਧਰਾ ਪ੍ਰਦੇਸ਼ ਦੀ ਉਦਾਹਰਣ ਵੀ ਦਿੱਤੀ ਜਿੱਥੇ ਦੋ ਜੱਜਾਂ ਨੂੰ ਇਸੇ ਕਰਕੇ ਸਸਪੈਂਡ ਕੀਤਾ ਗਿਆ ਸੀਗਾ। ਤਾਂ ਹੁਣ ਇਹਨਾਂ ਦੀ ਦਲੀਲ ਜਿਹੜੀ ਆ ਉਹ ਰੱਦ ਕਰ ਦਿੱਤੀ ਗਈ, ਪਟੀਸ਼ਨ ਜਿਹੜੀ ਇਹਨਾਂ ਨੇ ਪਾਈ ਸੀ ਮੰਗ ਕੀਤੀ, ਕਿਉਂਕਿ ਸੁਪਰੀਮ ਕੋਰਟ ਨੇ ਆਖਿਆ ਕਿ ਇਹ ਇਲੈਕਸ਼ਨ ਕਮਿਸ਼ਨ ਦਾ ਕੰਮ ਹੈ ਜਾਂ ਸਰਕਾਰਾਂ ਦਾ ਕੰਮ ਹੈ, ਸਾਡੇ ਅਧਿਕਾਰ ਖੇਤਰ ਚ ਹੀ ਨਹੀਂ ਆਉਂਦਾ, ਤੁਸੀਂ ਕਿਹੋ ਜਿਹੀਆਂ ਗੱਲਾਂ ਕਰ। ਬਿਲਕੁਲ ਇਹਨਾਂ ਦੀ ਗੱਲ ਸਹੀ ਆ ਸੁਪਰੀਮ ਕੋਰਟ ਦੀ, ਕਿਉਂਕਿ ਕਾਨੂੰਨ ਤੇ ਬਣਾਉਣਾ ਉਹਨਾਂ ਨੇ, ਤੇ ਜਿਹਨਾਂ ਦੇ ਖੁਦ ਲਾਲੂ ਪ੍ਰਸਾਦ ਯਾਦਵ ਵਰਗਿਆਂ ਦੇ ਛੇ ਛੇ ਸੱਤ ਸੱਤ ਬੱਚੇ ਆ ਨਿਆਣੇ ਆ, ਉਹ ਇਹੋ ਜਿਹੇ ਬੈਠੇ ਆ ਸੰਸਦ ਦੇ ਵਿੱਚ, ਤਾਂ ਇਸ ਤਰ੍ਹਾਂ ਦਾ ਕਾਨੂੰਨ ਹੈ ਜਿਹੜਾ ਉਹ ਕਿੱਦਾਂ ਬਣੂਗਾ। ਤੇ ਜੇ ਮੰਨ ਲਓ ਭਾਰਤੀ ਜਨਤਾ ਪਾਰਟੀ ਦਾ ਹੀ ਬੰਦਾ ਇਹ ਸੋਚ ਲੈ ਕੇ ਚੱਲਦਾ ਪਿਆ ਕਿ ਦੋ ਤੋਂ ਵੱਧ ਬੱਚਿਆਂ ਵਾਲੇ ਮਾਂ ਨੂੰ ਜਾਂ ਬਾਪ ਨੂੰ ਮਾਪਿਆਂ ਨੂੰ ਟਿਕਟ ਨਹੀਂ ਦਿੱਤੀ ਜਾਣੀ ਚਾਹੀਦੀ, ਉਹ ਸਿੱਧਾ ਭਾਰਤੀ ਜਨਤਾ ਪਾਰਟੀ ਨੂੰ ਆਖੇ ਕਿ ਭਾਈ ਆ ਦਿਨ ਥੋੜੇ ਜਿਹੇ ਰਹਿ ਗਏ ਆ, ਸੱਦ ਕੇ ਇੱਕ ਦਿਨ ਸਪੈਸ਼ਲ ਇਜਲਾਸ ਇਹ ਵੀ ਕੰਡਾ ਕੱਢ ਦਿਓ। ਪਰ ਜਿਸ ਮੁਲਕ ਦੇ ਵਿੱਚ ਹਾਲੇ ਤੱਕ ਸਿੱਖਿਆ ਦਾ ਕੋਈ ਪੈਮਾਨਾ ਨਹੀਂ ਹੈ, ਜਿਸ ਮੁਲਕ ਦੇ ਵਿੱਚ ਕੋਈ ਬੋਲ ਚਾਲ ਦਾ ਪੈਮਾਨਾ ਨਹੀਂ ਹੈ, ਆਸ਼ੂ ਵਰਗੇ ਮੰਤਰੀ ਹੈ ਜਿਹੜੇ ਬੋਲਦੇ ਕਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ, ਤਾਂ ਇੱਥੇ ਇਸ ਤਰ੍ਹਾਂ ਦੇ ਬੱਚਿਆਂ ਦਾ ਪੈਮਾਨਾ ਮੈਨੂੰ ਨਹੀਂ ਲੱਗਦਾ ਕਦੇ ਆ ਨੇੜ ਦੇ ਭਵਿੱਖ ਦੇ ਵਿੱਚ ਛੇਤੀ ਲਾਗੂ ਹੋ ਜਾਊਗਾ। ਜੀ ਅਗਲੀ ਗੱਲ ਕਰਦੇ ਕਹਿੰਦੇ ਹੱਥਕੜੀ ਸਮੇਤ ਨੌਜਵਾਨ ਮ੍ਰਿਤਕ ਹਾਲਾਤ ਦੇ ਵਿੱਚ ਟੋਬੇ ਚੋਂ ਮਿਲਿਆ। ਦੇਖੋ ਇਹ ਮਾਮਲਾ ਜਿਹੜਾ ਬੜਾ ਮੈਂ ਕਹੂੰਗਾ ਕਿ ਅਜੀਬੋ ਗਰੀਬ ਜਿਹਾ ਲਹਿਰਾ ਗਾਗਾ ਲਾਗੇ ਦਾ ਕੋਈ ਮੁੰਡਾ ਸੀਗਾ, ਚੋਰੀ ਦੇ ਕੇਸ ਦੇ ਵਿੱਚ ਸੀ ਐਸ ਸਟਾਫ ਨੇ ਫੜਿਆ ਸੀਗਾ, ਬਾਅਦ ਦੇ ਵਿੱਚ ਉਹਦੀ ਲੋਥ ਜਿਹੜੀ ਆ ਉਹ ਇੱਕ ਟੋਬੇ ਚੋਂ ਮਿਲੀ ਆ, ਟੋਬਾ ਜਿਵੇਂ ਆਪਾਂ ਛੱਪੜ ਕਹਿ ਦਿੰਦੇ ਹਾਂ, ਤੇ ਉਹਦੇ ਦੋਨਾਂ ਗੁੱਟਾਂ ਨੂੰ ਹੱਥ ਕੜੀ ਲੱਗੀ ਹੋਈ ਆ। ਦੋਨਾਂ ਗੁੱਟਾਂ ਤੋਂ ਭਾਵ ਇਹ ਕਿ ਦੋਨਾਂ ਗੁੱਟਾਂ ਨੂੰ ਕੜੀ ਲੱਗੀ ਆ ਦੋਵੇਂ ਪਾਸੇ ਤੋਂ। ਤੇ ਹੁਣ ਸਭ ਤੋਂ ਵੱਡਾ ਸਵਾਲ ਤੇ ਇਹੋ ਆ ਕਿ ਜਦੋਂ ਪੁਲਿਸ ਨੇ ਉਹਨੂੰ ਫੜਿਆ ਸੀਗਾ ਹੱਥ ਕੜੀ ਲਾਈ ਆ, ਉਹ ਭੱਜਾ ਕਿਵੇਂ? ਪੁਲਿਸ ਤੇ ਇਹੋ ਕਹਿਣ ਰਹੀ ਆ ਕਿ ਸਾਡੀ ਕਸਟਡੀ ਦੇ ਵਿੱਚ ਭੱਜ ਨਿਕਲਿਆ, ਤੇ ਭੱਜ ਕੇ ਇਹ ਬੰਦਾ ਪਤਾ ਨੀ ਕਿੱਥੇ ਗਾਇਬ ਹੋ ਗਿਆ, ਸਾਨੂੰ ਤੇ ਲੱਭਿਆ ਨੀ। ਬਾਅਦ ਦੇ ਵਿੱਚ ਇਹਦੀ ਲਾਸ਼ ਹੈ ਜਿਹੜੀ ਟੋਬੇ ਤੋਂ ਮਿਲੀ ਹੈ, ਜਦਕਿ ਪਰਿਵਾਰ ਕਹਿੰਦਾ ਕਿ ਇਹਨਾਂ ਨੇ ਕੁੱਟ ਕੁੱਟ ਕੇ ਮਾਰਿਆ, ਔਰ ਮਾਰਨ ਤੋਂ ਬਾਅਦ ਇਹਨਾਂ ਨੇ ਫਿਰ ਇੱਥੇ ਸੁੱਟ ਦਿੱਤਾ। ਸੋ ਇਹ ਮਾਮਲਾ ਆਪਣੇ ਆਪ ਦੇ ਵਿੱਚ ਬੜਾ ਗੰਭੀਰ ਆ, ਕਿਉਂਕਿ ਮੌਤ ਜਿਹੜੀ ਉਹ ਹਿਰਾਸਤੀ ਮੌਤ ਆ, ਇਹਨਾਂ ਨੇ ਗ੍ਰਿਫਤਾਰੀ ਨਹੀਂ ਪਾਈ ਹੋਏਗੀ ਨੌਜਵਾਨ ਦੀ, ਇਹ ਗੱਲ ਪੱਕੀ ਆ। ਕਿਉਂਕਿ ਜੇ ਗ੍ਰਿਫਤਾਰੀ ਪਾਈ ਹੁੰਦੀ ਤਾਂ ਫਿਰ ਹਾਲਾਤ ਕੁਛ ਹੋਰ ਹੋਣੇ ਸੀਗੇ, ਤਾਂ ਗ੍ਰਿਫਤਾਰੀ ਨਹੀਂ ਪਾਈ ਹੋਣੀ, ਤਾਂ ਇਸੇ ਕਰਕੇ ਕਹਿੰਦੇ ਆ ਕਿ ਕਸਟਡੀ ਚੋਂ ਭੱਜ ਗਿਆ। ਪਰ ਹਿਰਾਸਤ ਤੇ ਪੁਲਿਸ ਦੀ ਆ ਨਾ ਹੱਥਕੜੀ ਤੇ, ਹੁਣ ਦੇਖੋ ਕੋਈ ਘਰਾਂ ਚ ਥੋੜੀ ਰੱਖ ਕੇ ਬੈਠਾ ਹੱਥਕੜੀ, ਹੱਥਕੜੀਆਂ ਤੇ ਥਾਣਿਆਂ ਕਚਹਿਰੀਆਂ ਚ ਹੀ ਹੁੰਦੀਆਂ। ਸੋ ਇਸ ਮਾਮਲੇ ਦੀ ਗੰਭੀਰਤਾ ਨਾਲ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਿ ਅਸਲ ਚ ਵਾਪਰਿਆ ਕੀ ਆ, ਕਿਉਂਕਿ ਭਾਰਤ ਦੇ ਵਿੱਚ ਇਹੋ ਜਿਹੀਆਂ ਕਹਾਣੀਆਂ ਵੀ ਵਾਪਰੀਆਂ
ਜਿੱਥੇ ਕੁੱਟਮਾਰ ਦੇ ਦੌਰਾਨ ਬੇਹੋਸ਼ ਹੋਏ ਬੰਦੇ ਨੂੰ ਮਰਿਆ ਸਮਝ ਕੇ ਰੇਲਵੇ ਟਰੈਕ ਤੇ ਰੱਖ ਦਿੱਤਾ ਗਿਆ, ਪਰ ਉਹਦੀ ਵਧੀ ਸੀਗੀ, ਉਹ ਉੱਠ ਕੇ ਪਾਸੇ ਹੋ ਗਿਆ ਤੇ ਪੁਲਿਸ ਨੇ ਫੜਾ ਦਿੱਤਾ ਸੀਗਾ ਕਿ ਦੇਖੋ ਜੀ ਬੰਦਾ ਭੱਜ ਗਿਆ। ਇਹਨਾਂ ਨੂੰ ਇਹ ਸੀਗਾ ਕਿ ਦਿਨ ਚੜ੍ਹਦੇ ਨੂੰ ਵਿਧਿਆ ਜਾਊਗਾ ਰੇਲ ਦੇ ਥੱਲੇ ਤੇ ਕਹਿ ਦਿਆਂਗੇ ਕਿੱਥੋਂ ਭੱਜ ਕੇ ਸਿੱਧਾ ਟ੍ਰੇਨ ਥੱਲੇ ਆ ਗਿਆ। ਸੋ ਇਸ ਤਰ੍ਹਾਂ ਦੀਆਂ ਜਿੱਥੇ ਕਹਾਣੀਆਂ ਨਿਕਲਦੀਆਂ ਉੱਥੇ ਇਸ ਤਰ੍ਹਾਂ ਦੇ ਸ਼ੱਕ ਪੈਦਾ ਹੋਣੇ ਸੁਭਾਵਿਕ ਆ। ਮਾਮਲਾ ਹਿਰਾਸਤੀ ਮੌਤ ਦਾ ਭਾਰਤ ਦੇ ਵਿੱਚ ਹਿਰਾਸਤੀ ਮੌਤਾਂ ਦਾ ਇੱਕ ਬਹੁਤ ਵੱਡਾ ਰਿਕਾਰਡ ਆ, ਜਿਹਦੇ ਉੱਤੇ ਕੌਮਾਂਤਰੀ ਪੱਧਰ ਦੇ ਜਿਹੜੇ ਮਨੁੱਖੀ ਅਧਿਕਾਰਾਂ ਦੇ ਸੰਗਠਨ ਆ ਉਹ ਵੀ ਵੇਲੇ ਕਵੇਲੇ ਚਿੰਤਾ ਜ਼ਾਹਰ ਕਰ ਚੁੱਕੇ ਆ। ਇੱਥੋਂ ਤੱਕ ਕਿ ਇਹਨਾਂ ਨੇ ਇੱਕ ਸੰਧੀ ਸਾਈਨ ਕੀਤੀ ਹੋਈ ਆ, ਪਰ ਉਹਦੇ ਤੇ ਹਾਲੇ ਤੱਕ ਕਾਨੂੰਨ ਨਹੀਂ ਬਣਾਇਆ। ਮੇਰੇ ਖਿਆਲ ਦੇ ਨਾਲ ਵਕਤ ਇੱਕ ਅਰਸਾ ਗੁਜ਼ਰ ਗਿਆ, ਦੋ ਦਹਾਕਿਆਂ ਤੋਂ ਵੱਧ ਸਮਾਂ ਹੋ ਗਿਆ। ਸੋ ਇਹ ਜ਼ਰੂਰੀ ਆ ਕਿ ਇੱਕ ਤੇ ਕਾਨੂੰਨ ਬਣਾਇਆ ਜਾਵੇ, ਸਖ਼ਤ ਕਾਨੂੰਨ ਬਣਾਇਆ ਜਾਵੇ ਹਿਰਾਸਤੀ ਮੌਤਾਂ ਦੇ ਮਾਮਲੇ ਚ, ਇੱਕ ਇਨਵੈਸਟੀਗੇਸ਼ਨ ਜਿਹੜੀ ਆ ਉਹ ਜੁਡੀਸ਼ੀਅਲ ਇਨਵੈਸਟੀਗੇਸ਼ਨ ਹੋਣੀ ਚਾਹੀਦੀ, ਪੁਲਿਸ ਦੀ ਇਨਵੈਸਟੀਗੇਸ਼ਨ ਨਹੀਂ ਹੋਣੀ ਚਾਹੀਦੀ। ਜੀ ਜੀ, ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਆ, ਕਹਿੰਦੇ ਮਹਾਗਠਜੋੜ ਦੇ ਵਿੱਚੋਂ ਟਕਸਾਲੀ ਹੋਏ ਸਾਈਡ ਲਾਈਨ ਤੇ। ਹਾਂ, ਹੁਣ ਤੇ ਫਿਰ ਗਠਜੋੜ ਹੀ ਕਹਿ ਸਕਦੇ, ਮਾਂ ਕਿ ਨਹੀਂ ਕਹਿ ਸਕਦੇ, ਮਹਾਗਠਜੋੜ ਦੇ ਤੇ ਮਾਂ ਮਾਰੇ ਗਏ ਆ। ਖੈਰ, ਟਕਸਾਲੀ ਜਿਹੜੇ ਆਊਟ ਹੋ ਗਏ ਆ, ਗਰਾਰੀ ਇਹਨਾਂ ਦੀ ਮੇਰੇ ਖਿਆਲ ਦੇ ਨਾਲ ਫਸੀ ਆ ਇੱਕ ਅਨੰਦਪੁਰ ਸਾਹਿਬ ਦੀ ਸੀਟ ਤੋਂ, ਕਿਉਂਕਿ ਉੱਥੇ ਬਹੁਜਨ ਸਮਾਜ ਪਾਰਟੀ ਵਾਲੇ ਕਹਿੰਦੇ ਸੀਗੇ ਕਿ ਭਾਈ ਅਸੀਂ ਲਵਾਂਗੇ, ਅਸੀਂ ਇਸ ਕੋਟੇ ਦੀ ਟਿਕਟ ਜਿਹੜੀ ਆ ਉਹ ਅਨੰਦਪੁਰ ਸਾਹਿਬ ਤੋਂ ਲਵਾਂਗੇ। ਤਾਂ ਇਹਨਾਂ ਦਾ ਪੇਚ ਜਿਹੜਾ ਉੱਥੇ ਫਸਿਆ, ਕਿਉਂਕਿ ਕਿਸੇ ਵੀ ਹਾਲਤ ਦੇ ਵਿੱਚ ਟਕਸਾਲੀ ਆ ਜਿਹੜੇ ਅਨੰਦਪੁਰ ਸਾਹਿਬ ਜਾਂ ਅੰਮ੍ਰਿਤਸਰ ਦੀ ਟਿਕਟ ਨਹੀਂ ਸੀ ਛੱਡਣੀ ਚਾਹੁੰਦੇ। ਤਾਂ ਇੱਥੋਂ ਦੱਸਦੇ ਆ ਕਿ ਇਹਨਾਂ ਦਾ ਵਿਗਾੜ ਪਿਆ। ਬਹਿਰਹਾਲ ਹੁਣ ਰਹਿ ਗਏ ਆ ਇੱਕ ਪਾਸੇ ਸਿਮਰਨਜੀਤ ਸਿੰਘ ਬੈਂਸ, ਇੱਕ ਪਾਸੇ ਰਹਿ ਗਿਆ ਸੁਖਪਾਲ ਖਹਿਰਾ, ਇੱਕ ਪਾਸੇ ਗਾਂਧੀ, ਇੱਕ ਪਾਸੇ BSP। ਮਤਲਬ ਕਿ ਚਾਰ ਧਿਰਾਂ ਜਿਹੜੀਆਂ ਇੱਕ ਪਾਸੇ ਹੋ ਗਈਆਂ, ਟਕਸਾਲੀ ਇੱਕ ਪਾਸੇ ਆ। ਪਰ ਲੱਗਦਾ ਇਹੋ ਆ ਕਿ ਆਮ ਆਦਮੀ ਪਾਰਟੀ ਲਈ ਦਰਵਾਜ਼ਾ ਖੁੱਲ ਗਿਆ ਕਿ ਉਹ ਟਕਸਾਲੀਆਂ ਨਾਲ ਹੁਣ ਅਲਾਇੰਸ ਕਰ ਸਕਦੇ, ਕਿਉਂਕਿ ਅੱਗੇ ਉਹਨਾਂ ਦਾ ਪੇਚਾ ਪੈਂਦਾ ਸੀ ਜਾ ਕੇ ਬੈਂਸ ਹੋਰਾਂ ਦੇ ਨਾਲ ਜਾਂ ਖਹਿਰੇ ਹੋਰਾਂ ਦੇ ਨਾਲ। ਹੁਣ ਉਹ ਪਾਸੇ ਹੋ ਗਏ ਆ, ਤਾਂ ਮਾਮਲਾ ਜਿਹੜਾ ਉਹ ਉਹਨਾਂ ਦੇ ਨਾਲ ਫਿੱਟ ਬੈਠ ਸਕਦਾ। ਤਾਂ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ, ਜਿਵੇਂ ਤੁਸੀਂ ਸ਼ਬਦ ਇਸਤੇਮਾਲ ਕੀਤਾ ਮਹਾਗਠਜੋੜ, ਕਿ ਮਹਾਗਠਜੋੜ ਇੱਕ ਸਾਈਡ ਤੇ ਹੋ ਕੇ ਹੋਰ ਗਠਜੋੜ ਕਿੰਨੇ ਵਿਖਾਉਂਦਾ। ਤਾਂ ਇਸ ਗਠਜੋੜ ਦੇ ਵਿੱਚ ਕਿਹਦੀ ਗੱਠ ਜੁੜਦੀ ਆ, ਕਿਹਦੀ ਗੱਠ ਟੁੱਟਦੀ ਆ, ਇਹ ਵੇਖਣਾ ਦਿਲਚਸਪ ਹੋਊਗਾ। ਕਹਾਣੀ ਹਾਲੇ ਇਧਰੋਂ ਉੱਡੇ ਪਰਿੰਦੇ ਦੀ, ਉੱਧਰ ਬੈਠੇ ਪਰਿੰਦੇ ਵਾਲੀ ਆ, ਕੋਈ ਪਤਾ ਨੀ ਲੱਗਦਾ ਕਿ ਕਿੱਦੋਂ ਕਿੱਧਰੋਂ ਕਿਹੜੇ ਵੇਲੇ ਕਿਹੜੇ ਪੰਛੀ ਨੇ ਕਿੱਧਰ ਉੱਠ ਕੇ ਕਿੱਧਰ ਉੱਡ ਕੇ ਅੜਾਰੀ ਮਾਰ ਕੇ ਕਿੱਥੇ ਟਿਕਾਣਾ ਬਣਾ ਲੈਣਾ। ਬਿਲਕੁਲ ਬਿਲਕੁਲ, ਇਹ ਹੁਣ ਰੋਤਾ ਹੀ ਹੈ ਇਹਨਾਂ ਦੇ ਪੰਛੀਆਂ ਦੇ ਜਿਹੜੇ ਨਵੇਂ ਨਵੇਂ ਘਰ ਵਸਾਉਣ ਦੀ। ਅਗਲੀ ਮਿੰਟੂ ਜੀ, ਜਾਂਦੇ ਜਾਂਦੇ ਗੱਲ ਕਰਦੇ ਹਾਂ, ਮਹਿੰਦਰ ਸਿੰਘ ਢਿੱਲੋਂ ਦੇ ਉੱਤੇ ਗਿਆਨੀ ਇਕਬਾਲ ਸਿੰਘ ਦਾ ਹੱਥ ਠੋਕਾ ਬਣ ਕੇ ਕੰਮ ਕਰਨ ਦੇ ਦੋਸ਼ ਨੇ। ਇਹ ਖ਼ਬਰ ਜਿਹੜੀ ਆ ਉਹ ਉੱਥੋਂ ਦੀ ਆ, ਜਿੱਥੋਂ ਦੀ ਆ ਖ਼ਬਰ ਆਪਾਂ ਬਹੁਤ ਵਾਰੀ ਕਰ ਚੁੱਕੇ ਹਾਂ, ਜਾਨੀ ਤੱਕ ਸ਼੍ਰੀ ਪਟਨਾ ਸਾਹਿਬ ਦੇ। ਤਾਂ ਉੱਥੇ ਪ੍ਰਬੰਧਕੀ ਬੋਰਡ ਦੇ ਇੱਕ ਮੈਂਬਰ ਆ ਕਮਿਕਰ ਸਿੰਘ, ਉਹਨਾਂ ਨੇ ਦੋਸ਼ ਲਾਇਆ ਕਿ ਜਿਹੜਾ ਮਹਿੰਦਰ ਸਿੰਘ ਢਿੱਲੋਂ ਆ, ਜਿਹੜਾ ਕਿ ਜਨਰਲ ਸੈਕਟਰੀ ਆ ਸ਼ਾਇਦ ਉੱਥੋਂ ਦਾ ਪ੍ਰਬੰਧਕੀ ਬੋਰਡ ਦਾ, ਉਹ ਕਹਿੰਦੇ ਆ ਕਿ ਉਹ ਇਕਬਾਲ ਸਿੰਘ ਦਾ ਹੱਥ ਠੋਕਾ ਬਣ ਕੇ ਚੱਲਦਾ ਪਿਆ। ਔਰ ਇੱਥੋਂ ਤੱਕ ਦੋਸ਼ ਲੱਗੇ ਆ ਕਿ ਇਹਨਾਂ ਨੇ ਪਿੱਛੇ ਜਿਹੜਾ ਇੱਕ ਸਮਾਗਮ ਕਰਾਇਆ ਸੀਗਾ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ, ਉਹਦਾ ਖਰਚ ਵੀ ਨਹੀਂ ਦਿੱਤਾ ਜਾ ਰਿਹਾ, ਉਹਦਾ ਹਿਸਾਬ ਕਿਤਾਬ ਵੀ ਨਹੀਂ ਦਿੱਤਾ ਜਾ ਰਿਹਾ, ਉਹਦੇ ਵੇਰਵੇ ਵੀ ਨਹੀਂ ਦਿੱਤੇ ਜਾ ਰਹੇ। ਇੱਥੋਂ ਤੱਕ ਦੋਸ਼ ਲਾਇਆ ਉਹਨਾਂ ਨੇ ਕਿ ਇੱਕ 70 ਸਾਲ ਦਾ ਆਦਮੀ ਇਹਨਾਂ ਨੇ ਰੱਖਿਆ ਹੋਇਆ, ਜਿਹਦਾ ਨਾਮ ਹੈਗਾ ਸ਼ਾਇਦ ਮੁਹੰਮਦ ਰਿਜ਼ਵੀ, ਉਹਨੂੰ ਤਨਖਾਹ ਦਿੱਤੀ ਜਾ ਰਹੀ ਹੈ। ਉਹ ਕੀ ਕਰਦਾ, ਇਹਦਾ ਕੋਈ ਬਿਓਰਾ ਨਹੀਂ, ਕੋਈ ਵੇਰਵਾ ਨਹੀਂ। ਫਿਰ ਇਸ ਤੋਂ ਇਲਾਵਾ ਕਹਿੰਦੇ ਕਿ ਲਾਲ ਮੋਹਨ ਅਤੇ 14 ਹੋਰ ਵਿਅਕਤੀ ਆ ਜਿਹੜੇ, ਉਹ ਵੀ ਇਸ ਤਰ੍ਹਾਂ ਗੁਰੂ ਕੀ ਗੋਲਕ ਚੋਂ ਤਨਖਾਹ ਲੈ ਰਹੇ, ਪਰ ਕੀ ਕਰਦੇ ਆ, ਕਿਸੇ ਨੂੰ ਕੋਈ ਇਲਮ ਨਹੀਂ ਹੈ, ਕਿਸੇ ਨੂੰ ਕੋਈ ਗਿਆਨ ਨਹੀਂ ਹੈ। ਤੇ ਕਾਫੀ ਕੁਛ ਹੈ ਜਿਹੜਾ ਇਹਨਾਂ ਤੇ ਦੋਸ਼ਾਂ ਦੇ ਰੂਪ ਦੇ ਵਿੱਚ ਮੜਿਆ ਗਿਆ। ਔਰ ਇਹ ਬਿਲਕੁਲ ਸੱਚਾਈ ਆ ਕਿ ਗਿਆਨੀ ਇਕਬਾਲ ਸਿੰਘ, ਦੇਖੋ ਸਮੱਸਿਆ ਕੀ ਆ ਕਿ ਆਮ ਤੌਰ ਤੇ ਜਿਹੜੇ ਜਥੇਦਾਰ ਹੁੰਦੇ ਆ ਉਹ ਪ੍ਰਬੰਧਕੀ ਢਾਂਚੇ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰ ਸਕਦੇ। ਉਦਾਹਰਣ ਦੇ ਤੌਰ ਤੇ ਆਪਾਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਦਾ ਦੇਖੀਏ ਜਾਂ ਅਕਾਲ ਤਖ਼ਤ ਸਾਹਿਬ ਦਾ ਦੇਖੀਏ, ਜਥੇਦਾਰ ਹੈ ਜਿਹੜਾ ਉਹ ਕਮੇਟੀ ਦੇ ਕੰਮਾਂ ਚ ਟੰਗ ਨਹੀਂ ਅੜਾਉਂਦਾ, ਇੱਕ ਤਾਲਮੇਲ ਜ਼ਰੂਰ ਹੁੰਦਾ। ਤਾਂ ਉੱਥੇ ਕੀ ਹੋ ਰਿਹਾ ਕਿ ਗਿਆਨੀ ਇਕਬਾਲ ਸਿੰਘ, ਮਹਿੰਦਰ ਸਿੰਘ ਢਿੱਲੋਂ ਜਿਹੜਾ ਉਹਦਾ ਕਾਸਮ ਖਾਸ ਆ, ਉਹਦੇ ਜ਼ਰੀਏ ਬਹੁਤ ਸਾਰੇ ਮਾਮਲੇ ਜਿਹੜੇ ਪ੍ਰਭਾਵਿਤ ਕਰ ਜਾਂਦਾ। ਉਦਾਹਰਣ ਦੇ ਤੌਰ ਤੇ ਹੁਣ ਪਿੱਛੇ ਜੇ ਅਵਤਾਰ ਸਿੰਘ ਹਿੱਤ ਨੇ ਤਨਖਾਹ ਭੋਗੀ, ਤਨਖਾਹ ਭੋਗਤੀ, ਉਸ ਤੋਂ ਬਾਅਦ ਉਹਨੇ ਜਾ ਕੇ ਦੋ ਫੈਸਲੇ ਲਏ, ਦੋ ਬੰਦਿਆਂ ਦੀ ਨਵਿਆਂ ਦੀ ਨਿਯੁਕਤੀ ਕਰ ਦਿੱਤੀ, ਇੱਕ ਕਥਾਵਾਚਕ ਸੀ, ਇੱਕ ਸ਼ਾਇਦ ਕੋਈ ਹੋਰ ਕਿਸੇ ਪੋਸਟ ਤੇ ਸੀਗਾ। ਤਾਂ ਮਹਿੰਦਰ ਸਿੰਘ ਢਿੱਲੋਂ ਨੇ ਉਹਨਾਂ ਨੂੰ ਜੁਆਇਨ ਹੀ ਨਹੀਂ ਕਰਨ ਦਿੱਤਾ, ਮਤਲਬ ਕਿ
ਜਿਹੜਾ ਉੱਥੋਂ ਦਾ ਮੁੱਖ ਕਰਤਾ ਧਰਤਾ ਜਿਹਦੇ ਕੋਲ ਅਧਿਕਾਰ ਆ, ਉਹ ਬੰਦਾ ਨਿਯੁਕਤੀ ਕਰਦਾ ਇੱਕ ਕਥਾਵਾਚਕ ਦੀ, ਤਾਂ ਉਹਨੂੰ ਚਾਰਜ ਨਹੀਂ ਲੈਣ ਦਿੱਤਾ ਜਾਂਦਾ ਕਥਾਵਾਚਕ ਨੂੰ, ਜਿਹਨੂੰ ਅਵਤਾਰ ਸਿੰਘ ਹਿਰਤ ਜਿਹੜਾ ਪ੍ਰਬੰਧਕੀ ਬੋਰਡ ਦਾ ਪ੍ਰਧਾਨ ਆ ਉਹ ਲਾਉਂਦਾ ਤਾਂ ਉਹ ਚਾਰਜ ਨਹੀਂ ਲੈਣ ਦਿੱਤਾ। ਉੱਥੇ ਮਾਮਲਾ ਜਿਹੜਾ ਉਹ ਬੜਾ ਹੋਰ ਹੀ ਪੇਚੀਦਾ ਜਿਹਾ ਬਣਿਆ ਪਿਆ, ਇਹਦੇ ਵਿੱਚ ਕੀ ਹੱਲ ਹੋ ਸਕਦੇ ਆ, ਇਹਦੇ ਵਿੱਚ ਕਿਸ ਤਰ੍ਹਾਂ ਅੱਗੇ ਪ੍ਰਬੰਧਕੀ ਬੋਰਡ ਨੂੰ ਜਾਂ ਗਿਆਨੀ ਇਕਬਾਲ ਸਿੰਘ ਨੂੰ ਮਿਲਾ ਕੇ ਸੁਰ ਮਿਲਾ ਕੇ ਚਲਾਉਣ ਲਈ ਕਵਾਇਦ ਕੀਤੀ ਜਾ ਸਕਦੀ, ਇਹ ਸੋਚਣ ਵਿਚਾਰਨ ਦਾ ਵਿਸ਼ਾ। ਪਰ ਉੱਥੋਂ ਜਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ ਉਹ ਖਬਰਾਂ ਕੋਈ ਖਾਮੀਆਂ ਨਹੀਂ ਹੈ, ਜੇ ਆਪਾਂ ਪੰਥ ਦੇ ਲਿਹਾਜ਼ ਨਾਲ ਦੇਖੀਏ, ਕੌਮ ਦੇ ਲਿਹਾਜ਼ ਨਾਲ ਦੇਖੀਏ, ਤਾਂ ਉਹ ਜਿਹੜੀਆਂ ਖਬਰਾਂ ਆਉਂਦੀਆਂ ਉਹ ਜਲੂਸ ਹੀ ਕਢਵਾ ਰਹੀਆਂ ਕਿ ਜੋ ਉਹਨਾਂ ਦਾ ਪ੍ਰਬੰਧਕੀ ਬੋਰਡ ਦਾ ਤੇ ਗਿਆਨੀ ਇਕਬਾਲ ਸਿੰਘ ਦਾ ਝਗੜਾ ਚੱਲਦਾ ਉਹਦਾ ਜਲੂਸ ਹੀ ਹੈ। ਮਿੰਟੋ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪੈਰ ਪੜੀ, ਸਤਿ ਸ਼੍ਰੀ ਅਕਾਲ ਜੀ। ਇਸ ਤੋਂ ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਹੁਣ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।